ਸਕੂਲ 'ਚ ਨਵੇਂ ਸੈਸ਼ਨ ਦੇ ਦਾਖਲੇ ਸ਼ੁਰੂ ਨੇ। ਸਾਰੇ ਸਬਜੈਕਟਸ ਦੇ ਦਾਖਲੇ ਹੋ ਰਹੇ ਨੇ, ਪਰ ਕਾਮਰਸ ਸਬਜੈਕਟ ਦੇ ਬੱਚਿਆਂ ਨੂੰ ਦਾਖਲਾ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਸ ਸਕੂਲ 'ਚ ਕਾਮਰਸ ਦਾ ਕੋਈ ਅਧਿਆਪਕ ਹੀ ਨਹੀਂ ਹੈ, ਜਿਸ ਕਾਰਨ ਜਿਨ੍ਹਾਂ ਬੱਚਿਆਂ ਨੇ ਕਾਮਰਸ ਦਾ ਸਬਜੈਕਟ ਰੱਖਣਾ ਸੀ ਉਹ ਬੱਚੇ ਹੁਣ ਉਸ ਸਬਜੈਕਟ ਦੀ ਪੜ੍ਹਾਈ ਇਸ ਸਕੂਲ ਤੋਂ ਨਹੀਂ ਕਰ ਸਕਣਗੇ, ਜਿਸ ਕਾਰਨ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ। ਜੀ ਹਾਂ, ਇਹ ਹੈ ਰਾਜਪੁਰਾ ਦਾ ਮਸ਼ਹੂਰ ਸਰਕਾਰੀ ਕੋ ਐਂਡ ਸੀਨੀਅਰ ਸੈਕੰਡਰੀ ਸਕੂਲ NTC ਅਤੇ ਇਸ ਸਕੂਲ ਦੇ ਕਾਮਰਸ ਦੇ 7 ਟੀਚਰ ਵਾਰੋ ਵਾਰੀ ਰਿਟਾਇਰ ਹੋ ਗਏ ਨੇ, ਪਰ ਅਜੇ ਤੱਕ ਕਾਮਰਸ ਦੇ ਟੀਚਰਾਂ ਦੀ ਭਰਤੀ ਇਸ ਸਕੂਲ 'ਚ ਨਹੀਂ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਕੈਮਰੇ ਅੱਗੇ ਤਾਂ ਨਹੀਂ ਬੋਲ ਸਕਦੀ, ਪਰ ਉਹਨਾਂ ਨੇ ਇੰਨਾ ਜ਼ਰੂਰ ਦੱਸਿਆ ਕਿ ਇਸਦੀ ਸ਼ਿਕਾਇਤ ਉਹਨਾਂ ਵੱਲੋਂ ਸਿੱਖਿਆ ਮੰਤਰੀ ਨੂੰ ਲਿਖਤੀ ਰੂਪ ਦੇ ਵਿੱਚ ਦਿੱਤੀ ਹੋਈ ਹੈ ਕਿ ਇੱਥੇ ਕਾਮਰਸ ਦੇ ਟੀਚਰ ਨਹੀਂ, ਪਰ ਸਰਕਾਰ ਨੇ ਇਸ ਸਕੂਲ ਨੂੰ ਅੱਖੋ ਪਰੋਖੇ ਕੀਤਾ ਹੋਇਆ। ਦੱਸਣਾ ਬਣਦਾ ਹੈ ਕਿ ਇਸ ਸਕੂਲ 'ਚ 6 ਦਰਜਨ ਦੇ ਕਰੀਬ ਵਿਦਿਆਰਥੀ ਹਰ ਸਾਲ ਦਾਖਲਾ ਲੈਂਦੇ ਨੇ। ਰਾਜਪੁਰੇ ਦਾ ਬਹੁਤ ਹੀ ਮਸ਼ਹੂਰ ਸਕੂਲ ਹੈ, ਕਾਫੀ ਬੱਚੇ ਇੱਥੇ ਪੜ੍ਹ ਲਿਖ ਕੇ ਉੱਚ ਪਦਵੀਆਂ 'ਤੇ ਵੀ ਪਹੁੰਚ ਚੁੱਕੇ ਨੇ। 1500 ਦੇ ਕਰੀਬ ਇੱਥੇ ਵਿਦਿਆਰਥੀ ਸਿੱਖਿਆ ਲੈਂਦੇ ਨੇ ਅਤੇ 10 ਕਿਲੋਮੀਟਰ ਤੱਕ ਜਿੰਨੇ ਵੀ ਪਿੰਡ ਨੇ ਉੱਥੇ ਦੇ ਬੱਚੇ ਇਸ ਸਕੂਲ 'ਚ ਪੜ੍ਹਦੇ ਨੇ ਅਤੇ ਬਹੁਤ ਹੀ ਸ਼ਾਨਦਾਰ ਪੜ੍ਹਾਈ ਹੁੰਦੀ ਹੈ। ਪਰ ਸਕੂਲ 'ਚ ਕਾਮਰਸ ਦੇ ਟੀਚਰ ਨਾ ਹੋਣ ਕਾਰਨ ਪਿੰਡਾਂ ਦੇ ਬੱਚੇ ਅਤੇ ਮਾਪੇ ਵੀ ਪਰੇਸ਼ਾਨ ਨੇ। ਬੱਚਿਆਂ ਅਤੇ ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇੱਥੇ ਕਾਮਰਸ ਦੇ ਟੀਚਰ ਭੇਜੇ ਜਾਣ। ਦੇਖੋ, ਜਿਹੜਾ ਇਹ NTC ਸਕੂਲ ਹੈ, ਇਹ ਰਾਜਪੁਰਾ ਦਾ ਸਭ ਤੋਂ ਪੁਰਾਣਾ ਸਕੂਲ ਹੈ। ਮੈਂ ਵੀ ਆਪਣੀ ਜਿਹੜੀ ਐਜੂਕੇਸ਼ਨ ਕੀਤੀ ਹੈ +1, ਮੈਂ ਵੀ ਉੱਥੇ ਪੜ੍ਹਿਆ ਅਤੇ ਮੈਂ ਇੰਨੀ ਗੱਲ ਕਹਿ ਸਕਦਾ, ਇਸ ਸਕੂਲ ਵਿੱਚੋਂ IAS IPS PCS ਚੰਗੇ ਅਫਸਰ ਪੜ੍ਹ ਕੇ ਅਫਸਰ ਬਣੇ ਨੇ ਅਤੇ ਇਹਦੇ 'ਚ ਕਾਮਰਸ ਦੇ 7 ਅਸਾਮੀਆਂ ਨੇ, 7 ਦੇ 7 ਅਸਾਮੀਆਂ ਖਾਲੀ ਪਈਆਂ। ਜੋ ਪੰਜਾਬ ਸਰਕਾਰ ਦਾਅਵਾ ਕਰਦੀ ਸੀ ਕਿ ਜਿਹੜੇ ਸਕੂਲਾਂ ਦੇ ਟੀਚਰ ਵਗੈਰਾ ਪੂਰੇ ਕਰਦੇ, ਫਿਰ ਹੁਣ ਕੀ ਕਹਿਣਾ ਚਾਹੁੰਦੀ ਆ ਸਰਕਾਰ ਨੂੰ? ਪੰਜਾਬ ਸਰਕਾਰ ਦੇ ਜਿੰਨੇ ਵੀ ਦਾਅਵੇ ਸੀ, ਇਹ ਦਾਅਵਾ ਕਰਦੇ ਸੀ ਵੀ ਅਸੀਂ ਪੰਜਾਬ ਨੂੰ ਐਜੂਕੇਸ਼ਨ ਅਤੇ ਹੈਲਥ 'ਚ 1 ਨੰਬਰ 'ਤੇ ਲਿਆਵਾਂਗੇ ਅਤੇ ਹੁਣ ਲੋਕ ਸਮਝ ਚੁੱਕੇ ਨੇ ਵੀ ਇਹ ਜਿਹੜੀ ਸਰਕਾਰ ਹੈ ਇਹ ਝੂਠਿਆਂ ਦੀ ਸਰਕਾਰ ਹੈ, ਲਾਰਿਆਂ ਦੀ ਸਰਕਾਰ ਹੈ ਅਤੇ ਤੁਸੀਂ ਇਹ ਸਕੂਲ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ NTC ਸਕੂਲ ਤੋਂ ਵੀ ਐਜੂਕੇਸ਼ਨ ਦਾ ਕੀ ਹਾਲ ਹੈ। ਅਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਇਹ ਜਿਹੜਾ ਸਕੂਲ ਹੈ ਇਹ ਬਹੁਤ ਵਧੀਆ ਸਕੂਲ ਹੈ ਅਤੇ ਸਾਡੇ ਕੋਲ ਮਾਂ ਪਿਓ ਆ ਕੇ, ਜਿਹੜੇ ਬੱਚੇ ਨੇ ਉਹਨਾਂ ਦੇ ਮਾਂ ਪਿਓ ਆ ਕੇ ਸਾਨੂੰ ਮਿਲਦੇ ਨੇ ਵੀ ਇਹ ਜਿਹੜਾ ਸਕੂਲ ਦੇ 'ਚ ਬਿਲਕੁਲ ਕੋਈ ਐਜੂਕੇਸ਼ਨ ਬਿਲਕੁਲ ਖਤਮ ਹੋ ਚੁੱਕੀ ਹੈ। ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਅਪੀਲ ਕਰਦਾ ਵੀ ਇਹ ਜਿਹੜੀਆਂ ਵੀ ਅਸਾਮੀਆਂ ਖਾਲੀ ਨੇ ਇੱਥੇ ਕਾਮਰਸ ਦੀਆਂ, ਇਹਨੂੰ ਜਲਦ ਤੋਂ ਜਲਦ ਭਰਿਆ ਜਾਵੇ ਅਤੇ ਇਹਦੇ ਉੱਤੇ ਗੌਰ ਕੀਤਾ ਜਾਵੇ। ਸਰ ਜੀ, ਜਿਹੜੀਆਂ ਹੁਣ ਲੋਕ ਸਭਾ ਚੋਣਾਂ ਆ ਰਹੀਆਂ, ਇਹਦੇ ਉੱਪਰ ਵੀ ਇਸ ਚੀਜ਼ ਦਾ ਅਸਰ ਪਊਗਾ? ਲੋਕ ਸਭਾ, ਮੈਂ ਦੇਖੋ ਜੀ, ਪਿੰਡਾਂ 'ਚ ਹੁਣ ਇਲੈਕਸ਼ਨਾਂ ਕਰਕੇ ਅਸੀਂ ਰੋਜ਼ ਦੌਰਾ ਕਰ ਰਹੇ ਪਿੰਡਾਂ ਦਾ। ਪਿੰਡਾਂ 'ਚ ਆਮ ਆਦਮੀ ਲੋਕ ਸਮਝ ਚੁੱਕੇ ਨੇ ਇਸ ਟਾਈਮ ਵੀ ਆਮ ਆਦਮੀ ਸਰਕਾਰ ਦਾ ਬਹੁਤ ਮਾੜਾ ਹਾਲ ਹੈ। ਮੇਰੇ ਹਿਸਾਬ ਨਾਲ ਇਹਨਾਂ ਦੀ ਜਿਹੜਾ ਵੀ ਕੈਂਡੀਡੇਟ ਖੜਾ ਹੋਊਗਾ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ। ਲੋਕਾਂ ਨੂੰ ਹੁਣ ਸਮਝ ਆ ਚੁੱਕੀ ਹੈ ਵੀ ਇਹ ਝੂਠੀ ਸਰਕਾਰ ਹੈ। ਸਰ ਜੀ, ਸਕੂਲਾਂ ਦੇ ਵਿੱਚ ਟੀਚਰ ਨਹੀਂ ਸਰਕਾਰ ਪੂਰੇ ਕਰ ਸਕਦੀ, ਬਾਕੀ ਜਿਹੜੇ ਲੋਕਾਂ ਨਾਲ ਵਾਅਦੇ ਸੀ ਪੂਰੇ ਨਹੀਂ ਕਰ ਸਕੀ, ਤਾਂ ਜਿਹੜੀ ਲੋਕ ਸਭਾ ਦੇ ਚੋਣਾਂ ਹੈਗੀਆਂ, ਲੋਕ ਕੀ ਸਮਝਦੇ ਇਸ ਚੀਜ਼ ਨੂੰ? ਲੋਕ ਹੁਣ ਸਮਝ ਚੁੱਕੇ ਨੇ ਵੀ ਇਹਨਾਂ ਨੇ ਲਾਰੇ ਲਾ ਕੇ ਇਹ ਸਰਕਾਰ ਆਈ ਹੈ ਅਤੇ ਹੁਣ ਮੇਰੇ ਹਿਸਾਬ ਨਾਲ 13 ਦੇ 13 ਜਿਹੜੇ 13-0 ਭਗਵੰਤ ਮਾਨ ਜੀ ਕਹਿੰਦੇ ਨੇ ਵੀ 13-0, ਵਾਕਈ ਇਹਨਾਂ ਨੂੰ 13-0 ਹੀ ਆਏਗਾ, 13 ਨਹੀਂ ਆਉਣਗੇ। ਇਹ ਮੈਂ ਰਣਜੀਤ ਸਿੰਘ ਜੀ। ਸਰ ਜੀ, ਤੁਹਾਡੇ ਬੱਚੇ NTC ਸਕੂਲ 'ਚ ਪੜ੍ਹਦੇ ਹੈਗੇ ਅਤੇ ਜਿਹੜੇ ਕਾਮਰਸ ਦੇ ਮਾਸਟਰ ਹੈਗੇ ਇੱਥੇ ਹੈ ਨਹੀਂ, ਤਾਂ ਕੀ ਕਹਿਣਾ ਚਾਹੁੰਦੇ ਹੋ ਸਰ? ਸਰ, ਕਾਫੀ ਦੇਰ ਤੋਂ ਇਹ ਦਿੱਕਤ ਆ ਰਹੀ ਹੈ। ਅਸੀਂ ਵੀ ਇੱਥੇ ਪੜ੍ਹੇ ਹਾਂ ਅਤੇ ਕਾਮਰਸ ਦੇ ਜਿਹੜੇ ਟੀਚਰ ਨੇ ਉਹ ਇੱਥੇ ਨਹੀਂ ਉਪਲਬਧ ਅਤੇ ਸਾਡੀ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਵੀ ਕਾਮਰਸ ਦੇ ਟੀਚਰ ਜਿਹੜੇ ਨੇ ਉਹ ਇੱਥੇ ਉਪਲਬਧ ਕਰਾਏ ਜਾਣ
ਹੁਣ ਕਾਫੀ ਇਲਾਕੇ ਦਾ ਮਸ਼ਹੂਰ, ਪਿੰਡਾਂ ਤੋਂ ਵੀ ਬੱਚੇ ਆਉਂਦੇ ਨੇ ਅਤੇ ਪੂਰੇ ਇਲਾਕੇ ਦਾ ਮਸ਼ਹੂਰ NTC ਸਕੂਲ ਹੈਗਾ ਅਤੇ ਇਸ ਦੇ ਵਿੱਚ ਬੱਚੇ ਬਹੁਤ ਖੱਜਲ ਖਰਾਬ ਹੋ ਰਹੇ ਆ, ਟੀਚਰਾਂ ਦੀ ਕਮੀ ਹੈ ਅਤੇ NTC ਸਕੂਲ ਦੇ ਵਿੱਚ ਕਮਰਸ ਦੇ ਟੀਚਰ ਜ਼ਰੂਰ ਉਪਲਬਧ ਕਰਾਏ ਜਾਣ ਅਤੇ ਸਾਡੀ ਸਰਕਾਰ ਵੱਲੋਂ ਇਹ ਬੇਨਤੀ ਹੈ। ਇਲਾਕੇ ਦਾ ਬਹੁਤ ਜ਼ਿਆਦਾ ਮਸ਼ਹੂਰ ਸਕੂਲ ਹੈ, ਇੱਥੇ ਐਡਮਿਸ਼ਨਾਂ ਧੜਾਧੜ ਐਡਮਿਸ਼ਨਾਂ ਹੋ ਰਹੀਆਂ ਨੇ, ਬੱਚੇ ਬਹੁਤ ਜ਼ਿਆਦਾ ਬੱਸਾਂ 'ਤੇ ਆਟੋਆਂ 'ਤੇ ਪਿੰਡਾਂ ਤੋਂ ਚੱਲ ਕੇ ਆਉਂਦੇ ਨੇ, ਦੂਰ ਦਰੇਡੇ ਤੋਂ ਲੋਕਲ ਬੱਚੇ ਆਉਂਦੇ ਨੇ। ਫਿਰ ਹੁਣ ਜਿਹੜੇ ਕਮਰਸ ਵਾਲੇ ਬੱਚੇ ਫਿਰ ਬਾਹਰ ਕਿਤੇ ਦੂਰ ਜਾਣਗੇ, ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ? ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ, ਕਿਉਂਕਿ ਜ਼ਿਆਦਾ ਵਧੀਆ ਸਕੂਲ ਹੋਰ ਇੱਥੇ ਨੇੜੇ ਸਾਡੇ ਨਹੀਂ ਹੈਗਾ। ਇਹੀ ਸਕੂਲ ਸਾਨੂੰ ਬਹੁਤ ਜ਼ਿਆਦਾ ਸ਼ੁਰੂ ਕਰਦਾ ਹੈ ਅਤੇ ਇੱਥੇ ਕਮਰਸ ਦੇ ਟੀਚਰ ਉਪਲਬਧ ਕਰਾਏ ਜਾਣ।